ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਮਨਜੋਤ ਬਟਿਕ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਡਿਜ਼ਾਈਨਰ ਕਲੱਚਸ ਦੀ 컬렉ਸ਼ਨ ਲੈ ਕੇ ਆਈਆਂ ਇਸ ਤਰ੍ਹਾਂ ਦੀ ਜਿਹੜੀ 컬렉ਸ਼ਨ ਆ ਸਾਡੇ ਬਟਿਕ ਦੇ ਉੱਪਰ ਰੈਡੀ ਕੀਤੀ ਜਾਂਦੀ ਆ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕਲੱਚ ਨੇ ਉਹ ਆਪਣੇ suits ਦੇ ਨਾਲ ਵਰਕ ਜਿਹੜਾ ਸੇਮ ਆਪਣੇ suit ਨਾਲ ਦਾ ਵਰਕ ਕਰਵਾ ਸਕਦੇ ਹੋ ਉਦਾਂ ਦਾ ਫੈਬਰਿਕ ਲਗਵਾ ਸਕਦੇ ਹੋ ਇਹਨਾਂ ਦੇ ਉੱਪਰ ਤੇ ਨੇਮ ਦੇ ਨਾਲ ਕਸਟਮਾਈਜ਼ ਕੀਤੇ ਜਾਂਦੇ ਨੇ ਇਹ ਡਿਜ਼ਾਈਨਰ ਏਮਬਰਾਇਡਰਡ ਕਲੱਚਸ ਨੇ ਇਹਨਾਂ ਦਾ ਜਿਹੜਾ ਮੇਕਿੰਗ ਟਾਈਮ 10 ਤੋਂ 12 ਡੇਜ਼ ਆ ਇਟ ਮੀਨਸ ਤੁਹਾਨੂੰ 10 ਤੋਂ 12 ਦਿਨ ਲੱਗਣਗੇ ਇਹਨਾਂ ਨੂੰ ਰੈਡੀ ਕਰਵਾਉਣ ਦੇ ਵਿੱਚ ਜੇ ਤੁਹਾਡਾ ਕੋਈ ਅਕੇਜਨ ਆ ਤੁਸੀਂ ਆਉਣ ਵਾਲੀ ਕਿਸੇ ਵੀ ਵੈਡਿੰਗ ਫੰਕਸ਼ਨ ਦੇ ਉੱਪਰ ਇਹਨੂੰ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਸਟਮਾਈਜ਼ ਕਰਵਾਉਣ ਲਈ ਸਾਨੂੰ ਪਹਿਲਾਂ ਹੀ ਦੱਸਣਾ ਪਵੇਗਾ ਹੋਗਾ 12 ਡੇਜ਼ ਇਹਨੂੰ ਲੱਗਣਗੇ ਰੈਡੀ ਹੋਣ ਲਈ ਤੇ ਉਸ ਤੋਂ ਬਾਅਦ ਸ਼ਿਪਿੰਗ ਦੇ ਹੁੰਦੇ ਨੇ 7 ਤੋਂ 8 ਦਿਨਾਂ ਦੇ ਵਿੱਚ ਮੈਕਸਿਮਮ ਡੇਜ਼ 8 ਡੇਜ਼ ਹੁੰਦੇ ਨੇ ਤੁਹਾਨੂੰ ਰੀਸੀਵ ਹੋ ਜਾਊਗਾ ਇਹ 8 ਡੇਜ਼ ਦੇ ਵਿੱਚ ਤੇ ਇਹਦੇ ਵਿੱਚ ਜੇ ਤੁਸੀਂ ਸਿੰਗਲ ਸਾਈਡ ਐਮਬਰਾਇਡਰੀ ਕਰਾਉਣੀ ਆ ਤਾਂ ਉਹ ਜਿਹੜਾ ਪ੍ਰਾਈਸ ਰਹੂਗਾ ਉਹ ਹੋਗਾ 1150 1150 ਕੋਸਟ ਕਰੂਗਾ ਵਿਦ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਚ ਸ਼ਿਪਿੰਗ ਆਈਡੀਓ ਫ੍ਰੀ ਰਹੂਗੀ 1150 ਰੁਪਏ ਦਾ ਤੁਹਾਨੂੰ ਪਰਸ ਪਾਊਗਾ ਇਹ ਜਿਹੜਾ ਕਲੱਚ ਆ ਤੇ ਇਹ ਤੁਹਾਨੂੰ ਸਿੰਗਲ ਸਾਈਡ embroidery ਮਿਲੂਗੀ ਸੈਕੰਡ ਸਾਈਡ ਦੇ ਉੱਤੇ ਸੇਮ ਫੈਬਰਿਕ ਹੋਊਗਾ ਬਟ ਜਿਹੜੀ embroidery ਨਹੀਂ ਹੋਗੀ ਜੇ ਤੁਸੀਂ ਦੋਨੋਂ ਸਾਈਡ ਦੇ ਡਬਲ ਸਾਈਡ embroidery ਕਰਨਾ ਚਾਹੁੰਦੇ ਹੋ ਤਾਂ ਦੋਨੋਂ ਸਾਈਡ ਤੇ ਉੱਪਰ embroidery ਤਾਂ ਤੁਹਾਨੂੰ 1350 ਕੋਸਟ ਕਰੂਗਾ 1350 ਰੁਪਏ ਦਾ ਮਿਲੂਗਾ ਵਿਦ ਫ੍ਰੀ ਸ਼ਿਪਿੰਗ 1350 ਦਾ ਡਬਲ ਸਾਈਡ ਦੇ ਨਾਲ ਮਿਲੂਗਾ ਤੇ ਸ਼ਿਪਿੰਗ ਫ੍ਰੀ ਰਹੂਗੀ ਤੇ ਤੁਸੀਂ ਇਹਨੂੰ ਅਨੀ ਕਲਰ ਕੈਨ ਬੀ ਕਸਟਮਾਈਜ਼ਡ ਵਿਦ ਐਨੀ ਡਿਜ਼ਾਈਨਸ ਐਨੀ ਫੈਬਰਿਕ ਟਾਈਪਸ ਕੋਈ ਵੀ ਤੁਸੀਂ ਆਪਣੀ ਚੋਇਸ ਦਾ ਜਿਹੜਾ ਫੈਬਰਿਕ ਆ ਕ੍ਰੇਵ ਦੇ ਉੱਪਰ ਫੈਬਰਿਕ ਤੁਹਾਡਾ ਕ੍ਰੇਵ ਦਾ ਸੂਟ ਆ ਉਦੋਂ ਦਾ ਫੈਬਰਿਕ ਲਗਵਾਉਣਾ ਵੀ ਲਗਵਾ ਸਕਦੇ ਹੋ ਪੈਲਟ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹ ਤੇ ਕੋਈ ਵੀ ਇਨਾਂ ਚੋਂ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਉਹ ਡਿਜ਼ਾਈਨ ਦੇ ਵਿੱਚ ਤੁਹਾਡੀ ਚੋਇਸ ਦਾ ਕਲਰ ਆ ਜਿਹੜਾ ਤੁਸੀਂ ਉਹ ਸਾਨੂੰ ਦੱਸ ਕੇ ਉਦੋਂ ਦਾ ਜਿਹੜਾ ਕਲਰ ਰੈਡੀ ਕਰਵਾ ਸਕਦੇ ਹੋ ਤੇ ਇਹਨੂੰ ਅਸੀਂ ਨੇਮਸ ਦੇ ਨਾਲ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਦੋਨੋਂ ਸਾਈਡ ਤੁਸੀਂ ਇੱਕ ਸਾਈਡ ਆਪਣੇ ਹਸਬੰਡ ਦਾ ਨੇਮ ਲਿਖਵਾ ਸਕਦੇ ਹੋ ਇੱਕ ਸਾਈਡ ਆਪਣਾ ਲਿਖਵਾ ਸਕਦੇ ਸਾਡੇ ਦੇ ਉੱਤੇ ਤੇ ਇਹਦੇ ਉੱਪਰ ਤੁਸੀਂ ਆਪਣੀ ਕੋਈ ਡੇਟ ਹੈ ਤੁਹਾਡੀ ਮੈਰਿਜ ਫੰਕਸ਼ਨ ਦੀ ਤੁਸੀਂ ਉਹ ਵੀ ਇਹਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣੀ ਖੁਦ ਦੀ ਵਿਡਿੰਗ ਡੇਸ ਦੇ ਉੱਪਰ ਜਿਹੜੇ ਇਹਨਾਂ ਨੂੰ ਕਲੱਚਸ ਨੂੰ ਕੈਰੀ ਕਰ ਸਕਦੇ ਹੋ ਬਹੁਤ ਜ਼ਿਆਦਾ ਪ੍ਰੀਟੀ ਡਿਜ਼ਾਈਨਸ ਨੇ ਬਹੁਤ ਸੋਹਣੇ ਲੱਗਦੇ ਨੇ ਇਦਾਂ ਦੇ ਜਿਹੜੇ ਕਲੱਚਸ ਕਸਟਮਾਈਜ਼ ਕੀਤੇ ਹੁੰਦੇ ਨੇ ਇਹ ਤੁਹਾਨੂੰ ਬਹੁਤ ਵਧੀਆ ਲੁੱਕ ਦਿੰਦੇ ਨੇ ਇਹ ਜੀ ਤੁਸੀਂ ਇਹਨਾਂ ਨੂੰ ਕੈਰੀ ਕਰਦੇ ਹੋ ਆਪਣੇ ਕਿਸੇ ਵੀ ਆਊਟਫਿਟ ਦੇ ਨਾਲ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਇਹਨੂੰ ਆਰਡਰ ਕਿਵੇਂ ਕਰ ਸਕਦੇ ਹੋ ਆਰਡਰ ਪਲੇਸ ਕਰਨ ਲਈ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਸਿਰਫ ਇਹਨਾਂ ਚੋਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਵੀ ਤੁਹਾਨੂੰ ਇਹ ਡਿਜ਼ਾਈਨ ਦੇ ਵਿੱਚ ਕਿਹੜਾ ਕਲਰ ਚਾਹੀਦਾ ਤੁਸੀਂ ਉਹ ਦੱਸ ਸਕਦੇ ਹੋ ਤੇ ਤੁਸੀਂ ਕਿਸ ਨਾਮ ਨਾਲ ਕਸਟਮਾਈਜ਼ ਕਰਾਉਣਾ ਹੈ ਕਿਸ ਸਟੇਟ ਨਾਲ ਕਰਵਾਉਣਾ ਹੈ ਤੁਸੀਂ ਮੈਨੂੰ ਸਭ ਕੁਝ ਉਹ ਦਿੱਤੇ ਦੱਸ ਸਕਦੇ ਹੋ WhatsApp ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੇ ਫਰੈਂਡਸ ਤੁਸੀਂ ਇਹੋ ਜਿਹੇ ਹੋਰ ਲੇਟੈਸਟ ਵੀਡੀਓ ਦੇਖ ਸਕਦੇ ਹੋ ਔਨਲੀ ਮੇਰੇ ਵੀਡੀਓ ਤੁਹਾਨੂੰ ਸੇਲ ਆਫਰਸ ਦੇ ਉੱਪਰ ਮਿਲਣ ਗਿਆ ਜੇ ਤੁਸੀਂ ਫਸਟ ਟਾਈਮ ਮੇਰੇ ਚੈਨਲ ਨੂੰ ਵਿਜ਼ਿਟ तो जल्दी जल्दी जाओ तो जाके मेरे चैनल में सबसक्राइब कर लो जिना आइकन शो हो रहा उन्होंने प्रेस कर दो आने वाली लेटैस वीडियो की जी अपडेट मिल सके तो सेल ऑफर का फायदा उठा सको तो योजी कलैक्शन देख सको थैंक यू थैंक यू सो मच गाइज़ फॉर वॉचिंग माई वीडियो सी ट्यूनस फॉर नैक्सट वीडियो पाए पाए गाइज